ਕਰਦਾ ਅਤੇ ਤੁਹਾਡਾ ਧੰਨਵਾਦ ਵੀ ਕਰਦਾ, ਕਿਉਂਕਿ ਤੁਸੀਂ ਹੀ ਸਾਡੇ ਉਹ ਸਾਥੀ ਹੋ ਜਿਹੜੇ ਲੋਕਾਂ ਤੱਕ ਸੱਚ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਹੋ। ਦੋਸਤੋ, ਅੱਜ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ। ਅੱਜ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਤੋੜਨ ਦੀਆਂ, ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ, ਔਰ ਪਿਛਲੇ ਕਾਫੀ ਸਮੇਂ ਤੋਂ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਉਹ ਇੱਦਾਂ ਹੀ ਨਹੀਂ ਸੀ ਆਜ਼ਾਦ ਹੋ ਗਿਆ। ਸਾਡੇ ਦੇਸ਼ ਵਾਸੀਆਂ ਨੂੰ, ਸਭ ਤੋਂ ਵੱਧ ਸਾਡੇ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਸਾਡੇ ਦੇਸ਼ ਨੂੰ ਆਜ਼ਾਦੀ ਦੇ ਨਾਲ ਲੋਕਤੰਤਰ ਮਿਲਿਆ। ਬੀ ਆਰ ਅੰਬੇਦਕਰ ਸਾਹਿਬ ਨੇ ਆਪਣੇ ਜੀਵਨ ਦਾ ਸਾਰਾ ਗਿਆਨ, ਆਪਣੀ ਪੂਰੇ ਗਿਆਨ ਦੀ ਵਰਤੋਂ ਕਰਦੇ ਹੋਏ ਸਾਨੂੰ ਇੱਕ ਬਹੁਤ ਹੀ ਸ਼ਾਨਦਾਰ ਸੰਵਿਧਾਨ ਦਿੱਤਾ, ਜਿਸ ਦੇ ਵਿੱਚ ਸਾਡੇ ਲੋਕਾਂ ਨੂੰ ਆਪਣੇ MLA ਚੁਣਨ ਦਾ ਅਧਿਕਾਰ ਦਿੱਤਾ, ਆਪਣੇ MP ਚੁਣਨ ਦਾ ਅਧਿਕਾਰ ਦਿੱਤਾ, MLAs ਨੂੰ ਅਧਿਕਾਰ ਦਿੱਤਾ ਕਿ ਉਹ ਆਪਣਾ ਮੁੱਖ ਮੰਤਰੀ ਚੁਣਨ, ਮੁੱਖ ਮੰਤਰੀ ਜੀ ਨੂੰ ਅਧਿਕਾਰ ਦਿੱਤਾ ਕਿ ਉਹ ਆਪਣੀ ਕਾਉਂਸਲ ਆਫ ਮਿਨਿਸਟਰਸ ਚੁਣਨ ਅਤੇ ਲੋਕਾਂ ਦੀ ਸੇਵਾ ਕਰਨ। ਪਰੰਤੂ ਤੁਸੀਂ ਦੇਖ ਰਹੇ ਹੋ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ, ਦਿੱਲੀ ਹੋਵੇ ਜਾਂ ਪੰਜਾਬ ਹੋਵੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਪਰੇਸ਼ਾਨ ਕਰ ਰਹੀ ਹੈ, ਤੋੜਨ ਦਾ ਯਤਨ ਕਰ ਰਹੀ ਹੈ, ਰੁਕਾਵਟਾਂ ਪਾ ਰਹੀ ਹੈ, ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਲੋਕਾਂ ਨੇ 5 ਸਾਲ ਦੇ ਲਈ ਫਤਵਾ ਦਿੱਤਾ, ਔਰ ਜਿਹੜੀ ਸਰਕਾਰ ਲੋਕਾਂ ਦੇ ਹਿੱਤ ਦੇ ਕੰਮ ਕਰ ਰਹੀ ਹੈ, ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕਰ ਰਹੀ ਹੈ, ਉਸ ਸਰਕਾਰ ਨੂੰ ਗਿਰਾਉਣ ਦੇ ਲਈ ਲਗਾਤਾਰ ਸਾਜ਼ਿਸ਼ਾਂ, ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ। ਅਸੀਂ ਦੇਖਿਆ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਗਈ ਕੀ ਹੋਇਆ, ਕਦੇ ਗਵਰਨਰ ਸਾਹਿਬ ਦੇ ਜ਼ਰੀਏ ਲਗਾਤਾਰ ਪਰੇਸ਼ਾਨ ਕੀਤਾ ਗਿਆ, ਧਮਕੀਆਂ ਦਿੱਤੀਆਂ ਗਈਆਂ। ਤੁਹਾਨੂੰ ਗਵਰਨਰ ਸਾਹਿਬ ਦਾ 25 ਅਗਸਤ 2023 ਦਾ ਉਹ ਲੈਟਰ ਤੇ ਯਾਦ ਹੋਏਗਾ, ਜਦੋਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਅਸੈਂਬਲੀ ਦੇ ਵਿੱਚ ਫੈਸਲੇ ਲੈਣੇ ਸ਼ੁਰੂ ਕੀਤੇ, ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਲਈ ਫੈਸਲੇ ਲੈਣੇ ਸ਼ੁਰੂ ਕੀਤੇ, ਤੇ ਤੁਹਾਡੇ ਯਾਦ ਹੋਏਗਾ 25 ਅਗਸਤ 2023 ਨੂੰ ਗਵਰਨਰ ਸਾਹਿਬ ਨੇ ਓਪਨ ਲੈਟਰ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਧਮਕੀ ਦਿੱਤੀ। ਤੁਹਾਡੇ ਵੀ ਯਾਦ ਹੋਏਗਾ ਕਿ ਕੇਂਦਰ ਨੇ ਜੋ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਸੀ, 700 ਤੋਂ ਵੱਧ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਸੀ, ਕਿਹਾ ਸੀ ਉਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ, ਨਹੀਂ ਮੰਗੀਆਂ ਗਈਆਂ, 26 ਮਹੀਨੇ ਲੰਘ ਗਏ। ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਕਰਨ ਲਈ ਦੁਬਾਰਾ ਜਾਣ ਲੱਗੇ, ਕਿਸਾਨ ਧਰਨੇ 'ਤੇ ਬੈਠੇ, ਤਾਂ ਇਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੀ ਕਿਹਾ ਸੀ, ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ, ਕਿਸਾਨਾਂ ਦੀ ਬਿਹਤਰੀ ਦੀ ਗੱਲ ਨਹੀਂ ਕੀਤੀ, ਕਿਸਾਨਾਂ ਦੀ ਜਾਇਜ਼ ਮੰਗਾਂ ਮੰਗਵਾਉਣ ਦੇ ਲਈ ਆਪਣੀ ਕੇਂਦਰ ਸਰਕਾਰ ਕੋਲ, ਆਪਣੀ ਪਾਰਟੀ ਕੋਲ ਕੋਈ ਅਪਰੋਚ ਨਹੀਂ ਕੀਤੀ, ਉਲਟਾ ਧਮਕੀ ਦਿੱਤੀ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ। ਇਹ ਲੋਕਤੰਤਰ ਦੀ ਹੱਤਿਆ ਨਹੀਂ ਤਾਂ ਕੀ ਹੈ? ਪੰਜਾਬ ਦੇ ਵਿੱਚ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋ ਪਾਏ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਦਾ, ਪੰਜਾਬੀ ਜਾਤੀ ਬਰਦਾਸ਼ਤ ਨਹੀਂ ਕਰਦਾ। ਉਸ ਤੋਂ ਬਾਅਦ ਇਹਨਾਂ ਨੇ ਕੀ ਚਾਲ ਚੱਲੀ? ਦਿੱਲੀ ਦੇ ਵਿੱਚ ਬੜੀਆਂ ਚਾਲਾਂ ਚੱਲੀਆਂ, ਲੇਕਿਨ ਕੇਜਰੀਵਾਲ ਸਾਹਿਬ ਇਹਨਾਂ ਦੀ ਹਰ ਚਾਲ ਨੂੰ ਨਾਕਾਮ ਕਰਦੇ ਰਹੇ, ਅਤੇ ਫਿਰ ਇੱਕ ਝੂਠਾ ਸ਼ੜਯੰਤਰ ਰਚਿਆ, ਝੂਠਾ ਕੇਸ ਬਣਾਇਆ, ਕੇਜਰੀਵਾਲ ਜੀ ਨੂੰ ਜੇਲ੍ਹ ਭੇਜਿਆ, ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਕੇਜਰੀਵਾਲ ਜੀ ਨੂੰ ਅਸੀਂ ਜੇਲ੍ਹ ਭੇਜਣ 'ਚ ਕਾਮਯਾਬ ਹੋ ਗਏ ਝੂਠੇ ਕੇਸ ਦੇ ਵਿੱਚ, ਤਾਂ ਲਗਾਤਾਰ ਸਾਡੇ ਲੀਡਰਾਂ ਨੂੰ ਧਮਕਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਖਰੀਦਣ ਦੀ ਕੋਸ਼ਿਸ਼ਾਂ ਹੋ ਰਹੀਆਂ, ਖਰੀਦਿਆ ਜਾ ਰਿਹਾ,
ਔਰ ਇੱਕ ਚੀਜ਼ ਯਾਦ ਕਰੋ ਮੇਰੇ ਪਿਆਰੇ ਪ੍ਰੈਸ ਦੇ ਸਾਥੀਓ, ਅਸੀਂ ਵਾਰ ਵਾਰ ਓਪਰੇਸ਼ਨ ਲੋਟਸ ਦੀ ਗੱਲ ਕੀਤੀ, ਅਸੀਂ ਵਾਰ ਵਾਰ ਦੱਸਦੇ ਰਹੇ ਹਾਂ ਕਿ ਕੀ ਭਾਜਪਾ ਸਾਜ਼ਿਸ਼ਾਂ ਰਚ ਰਹੀ ਹੈ, ਔਰ ਉਹਦੇ ਪ੍ਰਤੱਖ ਪ੍ਰਮਾਣ ਸਬੂਤ ਅੱਜ ਸਾਹਮਣੇ ਆਏ ਹੈ। ਕਿੱਦਾਂ MLA ਕੈਂਡੀਡੇਟਸ ਖਰੀਦੇ ਜਾ ਰਹੇ ਹੈ ਦਿੱਲੀ ਦੇ ਵਿੱਚ, ਲਗਾਤਾਰ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਦਿੱਲੀ ਦੇ ਵਿੱਚ, ਜਿਹੜੀਆਂ ਪੋਸਟਿੰਗਸ ਖਾਲੀ ਪਈਆਂ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ। ਉੱਥੋਂ ਦੇ ਲੈਫਟੀਨੈਂਟ ਗਵਰਨਰ MHA ਨੂੰ ਲੈਟਰਸ ਲਿਖ ਲਿਖ ਕੇ ਲਗਾਤਾਰ ਦਿੱਲੀ ਸਰਕਾਰ ਦੇ ਖਿਲਾਫ ਕੰਮ ਕਰ ਰਹੇ ਹੈ। ਉੱਥੇ ਆਫੀਸਰਸ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਮੀਟਿੰਗਸ ਦੇ ਵਿੱਚ ਨਹੀਂ ਆ ਰਹੇ। ਅਸਲ ਮਕਸਦ ਹੈ ਕਿ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਨਾ ਕਰ ਸਕੇ ਅਤੇ ਇਹ ਆਪਣੇ ਰਾਸ਼ਟਰਪਤੀ ਰਾਜ ਲਗਾਉਣ, ਸਰਕਾਰ ਤੋੜਨ ਦੇ ਜਿਹੜਾ ਇਹਨਾਂ ਦਾ ਨਾਪਾਕ ਮਨਸੂਬਾ ਹੈ ਉਹਦੇ ਵਿੱਚ ਕਾਮਯਾਬ ਹੋ ਸਕਣ। ਦੋਸਤੋ, ਆ ਸਾਡਾ ਜਿਹੜਾ ਦੇਸ਼ ਹੈ ਇਹ ਫੁੱਲਾਂ ਦਾ ਗੁਲਦਸਤਾ ਹੈ। ਸਾਡਾ ਦੇਸ਼ ਇੱਕ ਬਹੁਤ ਵੱਡਾ ਦੇਸ਼ ਹੈ, ਬਹੁਤ ਵੱਡੀ ਆਬਾਦੀ ਵਾਲਾ ਦੇਸ਼ ਹੈ, ਵਿਭਿੰਨਤਾਵਾਂ ਦਾ ਦੇਸ਼ ਹੈ। ਸਾਡੇ ਤਾਂ ਆਮ ਕਿਹਾ ਜਾਂਦਾ ਕਿ 40 ਕੋਹ 'ਤੇ ਬੋਲੀ ਬਦਲ ਜਾਂਦੀ ਹੈ, ਕਿਉਂਕਿ ਸਾਡਾ ਦੇਸ਼ ਅਲੱਗ ਅਲੱਗ ਖਿੜੇ ਹੋਏ ਫੁੱਲਾਂ ਦਾ ਗੁਲਦਸਤਾ ਹੈ। ਲੇਕਿਨ BJP ਇਸ ਨੂੰ ਤਹਿਸ ਨਹਿਸ ਕਰਨਾ ਚਾਹੁੰਦੀ ਹੈ। ਇਸ ਦੇਸ਼ ਨੂੰ ਇੱਕਮੁੱਠ ਅਤੇ ਮਜ਼ਬੂਤ ਰੱਖਣ ਦੇ ਲਈ, ਇਸ ਦੇਸ਼ ਨੂੰ ਤਰੱਕੀ ਵੱਲ ਲਿਜਾਉਣ ਦੇ ਲਈ, ਆਪਸੀ ਪਿਆਰ, ਆਪਸੀ ਭਾਈਚਾਰਕ ਸਾਂਝ ਦੇ ਲਈ ਲੋਕਤੰਤਰ ਹੀ ਸਭ ਤੋਂ ਵੱਡੀ ਤਾਕਤ ਹੈ, ਲੋਕਤੰਤਰ ਹੀ ਜ਼ਰੂਰਤ ਹੈ। ਲੇਕਿਨ BJP ਦੀ ਤਾਨਾਸ਼ਾਹੀ ਨੀਤੀਆਂ ਲਗਾਤਾਰ ਲੋਕਤੰਤਰ ਨੂੰ ਖਤਮ ਕਰਨ 'ਤੇ ਲੱਗੀਆਂ ਹੋਈਆਂ। ਅੱਜ BJP ਦੀ ਕੇਂਦਰ ਸਰਕਾਰ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕੀ ਹੈ। ਅੱਜ BJP ਦੀ ਕੇਂਦਰ ਸਰਕਾਰ, ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਚਾਹੇ ਉਹ ਦਿੱਲੀ ਹੈ ਚਾਹੇ ਪੰਜਾਬ ਹੈ, ਉੱਥੇ ਲਗਾਤਾਰ ਓਪਰੇਸ਼ਨ ਲੋਟਸ ਚਲਾ ਰਹੀ ਹੈ। ਹੁਣ ਇੱਕ ਕੁਸ਼ਚਨ ਉੱਠਦਾ ਹੁੰਦਾ ਸੀ, ਓਪਰੇਸ਼ਨ ਲੋਟਸ ਹੈ ਕੀ? ਅੱਜ ਸਾਬਤ ਹੋ ਚੁੱਕਿਆ ਕਿ ਓਪਰੇਸ਼ਨ ਲੋਟਸ ਹੈ BJP ਦੀ ਉਹ ਨਾਪਾਕ ਸਾਜ਼ਿਸ਼ਾਂ ਜਿਸ ਦੇ ਤਹਿਤ ਨੁਮਾਇੰਦਿਆਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਖਰੀਦਿਆ ਜਾ ਰਿਹਾ, ਸੰਸਥਾਵਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ, ਚਾਹੇ ਉਹ ED ਹੈ ਚਾਹੇ ਉਹ CBI ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਦਿਨ ਪਹਿਲਾਂ ਤੱਕ ਜੋ ਲੋਕਤੰਤਰ ਦੀ ਦੁਹਾਈ ਦੇ ਰਹੇ ਹੁੰਦੇ ਹੈ ਉਹਨਾਂ 'ਤੇ ED ਦੀ ਰੇਡ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ BJP ਨੇ ਲਗਾਤਾਰ ਇਹਨਾਂ ਸੰਸਥਾਵਾਂ ਦਾ, ਚਾਹੇ ਉਹ CBI ਹੈ ਚਾਹੇ ਉਹ ED ਹੈ ਚਾਹੇ ਉਹ IT ਹੈ, ਲਗਾਤਾਰ ਦੁਰਉਪਯੋਗ ਕੀਤਾ ਹੈ। ਅੱਜ ਪੰਜਾਬ ਜਦੋਂ ਇਹ ਚੀਜ਼ ਦੇਖਦਾ ਤਾਂ ਪੰਜਾਬ ਦਾ ਹਰ ਵਰਗ ਸੋਚਣ ਲਈ ਮਜਬੂਰ ਹੋ ਰਿਹਾ। ਸਾਥੀਓ, ਦਿੱਲੀ ਦੇ ਵਿੱਚ ਜਿੱਥੇ ਲੋਕ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ ਗਈ, ਚਾਹੇ ਉਹ ਮੁਹੱਲਾ ਕਲੀਨਿਕ ਦੇ ਜ਼ਰੀਏ, ਚਾਹੇ ਵਧੀਆ ਸਿੱਖਿਆ ਦੇ ਜ਼ਰੀਏ, ਉੱਥੇ ਦੀ ਸਰਕਾਰ ਨੂੰ ਤੋੜਨ ਦੇ ਲਈ ਲਗਾਤਾਰ ਕੇਂਦਰ ਦੀ ਸਰਕਾਰ BJP ਲਗਾਤਾਰ LG ਸਾਹਿਬ ਦਾ ਦੁਰਉਪਯੋਗ ਕਰ ਰਹੀ ਹੈ। ਉੱਥੇ ਵਾਰ ਵਾਰ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਔਰ ਇਹਨੂੰ ਇਕੱਲਾ ਇਹ ਨਾ ਸੋਚਿਓ ਕਿ ਦਿੱਲੀ ਹੈ, ਹੋਰ ਵੀ ਪਾਸੇ ਇਹਨਾਂ ਦਾ ਅਗਰ ਇਹ ਕਾਮਯਾਬ ਹੋ ਗਏ ਤਾਂ ਬਾਕੀ ਸਟੇਟਸ ਦੇ ਵਿੱਚ ਜਿੱਥੇ ਜਿੱਥੇ ਗੈਰ ਭਾਜਪਾ ਸਰਕਾਰਾਂ ਹੈ ਰਾਜਾਂ ਦੇ ਵਿੱਚ, ਇਹ ਪਿੱਛੇ ਨਹੀਂ ਹਟਣਗੇ। ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਹੈ। ਅੱਜ ਮੈਂ ਇੱਕ ਕੁਐਸਚਨ ਆਪਣੇ ਪੰਜਾਬ ਨਿਵਾਸੀਆਂ ਨੂੰ ਵੀ ਕਰਨਾ ਚਾਹੁੰਦਾ, ਪੰਜਾਬ ਦੇ ਸਾਰੇ ਵਾਸੀਆਂ ਨੂੰ ਵੀ ਕਰਨਾ ਚਾਹੁੰਦਾ ਕਿ ਅੱਜ ਕੀ ਅਸੀਂ ਇੱਦਾਂ ਦੀਆਂ ਸਾਜ਼ਿਸ਼ਾਂ ਨੂੰ
ਕਾਮਯਾਬ ਹੋਣ ਦੇਵਾਂਗੇ? ਬਿਲਕੁਲ ਨਹੀਂ ਹੋਣ ਦੇਵਾਂਗੇ। ਕਿਆ ਪੰਜਾਬ ਵਾਸੀ, ਜਿਨ੍ਹਾਂ ਪੰਜਾਬੀਆਂ ਨੇ ਚਾਹੇ ਉਹ ਬਾਹਰ ਦੀ ਜੰਗ ਹੋਈ ਸੀ ਸਭ ਤੋਂ ਵੱਧ ਸੋਨਾ ਦਿੱਤਾ ਸੀ, ਆਜ਼ਾਦੀ ਦੀ ਲੜਾਈ ਹੋਈ ਸੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀ, ਕੀ ਅਸੀਂ ਪੰਜਾਬ ਵਾਸੀ ਸਾਡੇ ਇਸ ਪਿਆਰੇ ਲੋਕਤੰਤਰ ਨੂੰ ਤਬਾਹ ਹੋਣ ਦੇਵਾਂਗੇ? ਨਹੀਂ ਹੋਣ ਦੇਵਾਂਗੇ। ਸਾਡਾ ਇੱਕ ਇੱਕ ਵਰਕਰ, ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਲੋਕਤੰਤਰ ਦੇ ਹਿੱਤ ਦੀ ਲੜਾਈ ਲੜਦਾ ਰਹੇਗਾ। ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਤਾਂ ਸਾਥੀਓ ਇਹ ਸਪਸ਼ਟ ਕਹਿੰਦੇ ਹੈ ਕਿ ਹਰ ਜ਼ੋਰੇ ਜਫਾ ਜ਼ੁਲਮੋ ਸਿਤਮ ਦੇਖੇਂਗੇ, ਹਰ ਜ਼ੋਰੇ ਜਫਾ ਜ਼ੁਲਮੋ ਸਿਤਮ ਦੇਖੇਂਗੇ, ਸ਼ੈਤਾਨ ਕੇ ਬੜਤੇ ਕਦਮ ਦੇਖੇਂਗੇ। ਇਹ ਲੋਕਤੰਤਰ ਕੇ ਹਥਿਆਰੋ ਝੂਮ ਕੇ ਆਨਾ, ਕਿਤਨਾ ਹੈ ਤੁਹਾਰੀ ਤੇਗ ਮੇ ਦਮ ਦੇਖੇਂਗੇ। ਪਰ ਅੱਜ ਨਾਲ ਦੀ ਨਾਲ ਮੈਂ ਪੂਰੇ ਦੇਸ਼ ਨੂੰ ਵੀ, ਖਾਸ ਕਰ ਪੰਜਾਬ ਵਾਸੀਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਅਗਰ ਲੋਕਤੰਤਰ ਜੀਵਿਤ ਰਹੇਗਾ ਤਾਂ ਲੋਕਾਂ ਦੇ ਮਤ ਦਾ ਅਧਿਕਾਰ ਜੀਵਿਤ ਰਹੇਗਾ, ਅਗਰ ਲੋਕਤੰਤਰ ਜੀਵਿਤ ਰਹੇਗਾ ਤਾਂ ਸਾਨੂੰ ਆਸ ਰਹੇਗੀ ਕਿ ਸਰਕਾਰ ਸਾਡੀ ਸੁਣਵਾਈ ਕਰੇਗੀ। ਪਰੰਤੂ ਬੀਜੇਪੀ ਜੋ ਤਾਨਾਸ਼ਾਹੀ ਵੱਲ ਚੱਲ ਰਹੀ ਹੈ, ਬੀਜੇਪੀ ਜੋ ਲਗਾਤਾਰ ਇੱਕੋ ਪਾਰਟੀ ਸਿਸਟਮ ਵੱਲ ਲਿਜਾਣਾ ਚਾਹੁੰਦੀ ਹੈ, ਲਗਾਤਾਰ ਰਾਸ਼ਟਰਪਤੀ ਰਾਜ ਲਗਾ ਕੇ ਇਸ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੀ ਹੈ, ਜਿੱਦਾਂ ਬੀਜੇਪੀ ਘਟੀਆ ਚਾਲਾਂ ਚੱਲ ਰਹੀ ਹੈ ਕਿ ਆਫਿਸਰਜ਼ ਮੀਟਿੰਗ ਦੇ ਵਿੱਚ ਨਹੀਂ ਆ ਰਹੇ, ਦਿੱਲੀ ਦੇ ਵਿੱਚ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ, ਉੱਥੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਅਗਰ ਇੱਦਾਂ ਦੀ ਚਾਲਾਂ ਚੱਲ ਰਹੀ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਪੂਰਾ ਪੰਜਾਬ, ਤੁਸੀਂ ਸਭ ਲੋਕ ਉੱਠ ਖੜ੍ਹੇ ਹੋਵੋਗੇ, ਇਹਨਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਹ ਜਿਹੜੀ ਲੜਾਈ ਹੈ ਇਹ ਸਿਰਫ ਇਲੈਕਸ਼ਨ ਦੀ ਲੜਾਈ ਨਹੀਂ ਹੈ, ਅੱਜ ਸਭ ਤੋਂ ਵੱਡੀ ਜ਼ਰੂਰਤ ਹੋ ਗਈ ਹੈ ਇਸ ਦੇਸ਼ 'ਤੇ ਪਿਆਰ ਕਰਨ ਵਾਲੇ ਹਰ ਉਸ ਸ਼ਖਸ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਹੋ ਗਈ ਹੈ ਕਿ ਲੋਕਤੰਤਰ ਨੂੰ ਬਚਾਉਣਾ ਹੈ, ਲੋਕਤੰਤਰ ਨੂੰ ਅਸੀਂ ਮਜ਼ਬੂਤ ਰੱਖਣਾ ਹੈ, ਅਤੇ ਉਹਦੇ ਲਈ ਸਾਨੂੰ ਇੱਕਮੁੱਠ ਹੋ ਕੇ ਬੀਜੇਪੀ ਦੀਆਂ ਇਹਨਾਂ ਚਾਲਾਂ ਦਾ ਜਵਾਬ ਦੇਣਾ ਪਏਗਾ ਔਰ ਬੀਜੇਪੀ ਨੂੰ ਉਹਨਾਂ ਦੇ ਮਨਸੂਬਿਆਂ ਦੇ ਵਿੱਚ ਫੇਲ ਕਰਨਾ ਪਏਗਾ। ਇਹ ਸਭ ਤੋਂ ਵੱਡੀ ਅੱਜ ਜ਼ਰੂਰਤ ਹੋ ਗਈ। ਤੁਹਾਡੇ ਸਾਰਿਆਂ ਦੇ ਇੱਥੇ ਆਉਣ 'ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਇਹੀ ਆਸ ਰੱਖੂੰਗਾ ਕਿ ਜਿੱਦਾਂ ਅਸੀਂ ਆਜ਼ਾਦੀ ਦੀ ਲੜਾਈ ਲੜੀ ਸੀ, ਅੱਜ ਤਾਨਾਸ਼ਾਹੀ ਤਾਕਤਾਂ ਦੇ ਖਿਲਾਫ ਅਸੀਂ ਡਟ ਕੇ ਲੜਾਈ ਲੜੀ। ਪੰਜਾਬ 'ਚ ਤਾਂ ਇੱਕ ਚਿੱਠੀ ਆਈ ਸੀਗੀ ਜਿਸ ਦੇ ਵਿੱਚ ਤੁਸੀਂ ਵੀ ਕਿਹਾ ਕਿ ਧਮਕੀ ਦਿੱਤੀ ਗਈ ਸੀਗੀ, ਤੇ ਦਿੱਲੀ ਦੇ ਵਿੱਚ ਤੁਹਾਨੂੰ ਨਿਰਦੇਸ਼ਾਂ ਕਿਉਂ ਹੋ ਰਿਹਾ ਕਿ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ? ਬਿਲਕੁਲ, ਤੁਹਾਡੇ ਬਹੁਤ ਸਹੀ ਕੁਐਸਚਨ ਕੀਤਾ। ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਇੱਕ ਪੈਸੇ ਦੀ ਵੀ ਟ੍ਰੇਲ ਨਹੀਂ, ਇੱਕ ਪੈਸੇ ਦੀ ਵੀ ਰਿਕਵਰੀ ਨਹੀਂ, ਅਤੇ ਇੱਕ ਕੁਐਸਚਨ ਉੱਠਦਾ ਕਿ ਇੱਕ ਹੁੰਦਾ ਅਪਰੂਵਰ, ਇੱਕ ਹੁੰਦਾ ਇੰਟਰਸਟਡ ਵਿਟਨੈਸ। ਦੋ ਵਿਟਨੈਸ ਇਸ ਦੇ ਪਹਿਲੇ, ਇੱਕ ਦੇ 8 ਬਿਆਨ ਜਿਨ੍ਹਾਂ 'ਚ ਕੇਜਰੀਵਾਲ ਜੀ ਦਾ ਨਾਮ ਨਹੀਂ, ਉਸ ਤੋਂ ਬਾਅਦ ਦੂਜਾ ਜਿਹੜਾ ਸਰਥ ਰੈਡੀ ਹੈ ਉਹਦੇ ਵੀ 8-10 ਬਿਆਨ ਜਿਨ੍ਹਾਂ 'ਚ ਕਿਤੇ ਕੋਈ ਨਾਮ ਨਹੀਂ ਹੈ। ਜਦੋਂ ਤੱਕ ਨਾਮ ਨਹੀਂ ਲਿੱਤਾ ਗਿਆ ਰਾਘਵ ਨੂੰ ਜ਼ਮਾਨਤ ਨਹੀਂ ਮਿਲਦੀ। ਕਾਰਨ ਕੀ, ਕਿਉਂ ਵਾਰ ਵਾਰ ਬਿਆਨ ਲਿੱਤੇ ਗਏ? ਕਿਉਂਕਿ ਕੇਜਰੀਵਾਲ ਜੀ ਨੂੰ ਕਿਸੇ ਨਾ ਕਿਸੇ ਰੂਪ 'ਚ ਫਸਾਉਣਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਅੰਦਰ ਭੇਜਿਆ ਗਿਆ। ਉਸ ਤੋਂ ਬਾਅਦ ਲਗਾਤਾਰ ਆਪਾਂ ਕਹਿੰਦੇ ਨਾ MLA ਬਣਨਾ, ਮਿਨਿਸਟਰ ਬਣਨਾ, ਮਿਨਿਸਟਰ ਤੱਕ ਅਸਤੀਫਾ ਦੇਣ ਲਈ ਮਜਬੂਰ ਹੋ ਗਏ। ਜਿਹੜੇ ਆਫਿਸਰਸ ਹੈ ਉਹ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਮੀਟਿੰਗਸ 'ਚ ਨਹੀਂ ਆਉਣਾ, ਜਦਕਿ ਚਾਹੇ ਕੋਡ ਆਫ ਕੰਡਕਟ ਵੀ ਲੱਗ ਗਿਆ, ਇਲੈਕਸ਼ਨ ਕਮਿਸ਼ਨ ਦੇ ਕੋਲ ਚਾਰਜ ਚੱਲਿਆ ਗਿਆ, ਲੇਕਿਨ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ, ਲੋਕਾਂ ਦੇ ਕੰਮ ਤਾਂ ਹੁੰਦੇ ਰਹਿਣੇ ਵਾਜਬ ਹੈ। ਕਿੰਨੇ ਹੀ ਮਹੀਨੇ ਹੋ ਗਏ ਦਿੱਲੀ ਦੇ ਵਿੱਚ ਆਫਿਸਰਸ ਦੀ ਪੋਸਟਿੰਗ ਨਹੀਂ ਕੀਤੀ ਜਾ ਰਹੀ, ਲਗਾਤਾਰ
MLAs ਦੇ ਦਬਾਅ ਬਣਾਇਆ ਜਾ ਰਿਹਾ ਸੰਸਥਾਵਾਂ ਵੱਲੋਂ। ਇਹ ਸਾਰੇ ਜੋ ਇੰਡੀਕੇਸ਼ਨਸ ਹੈ ਉਹ ਦੱਸ ਰਹੇ ਹੈ ਕਿ ਇਹਨਾਂ ਦੀ ਮਨਸ਼ਾ ਕੀ ਹੈ। ਇਸ ਤੋਂ ਇਲਾਵਾ ਵੀ ਜੱਜ ਆਸੀ ਜੀ ਨੇ ਜਿੱਦਾਂ ਦੱਸਿਆ ਕਿ ਬਿਲਕੁਲ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਇਹਨਾਂ ਦੀ ਮਨਸ਼ਾ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ। ਤੁਸੀਂ ਇੱਕ ਚੀਜ਼ ਦੇਖੋ, ਕਿਸਾਨਾਂ ਨੇ ਕੀ ਕਿਹਾ ਸੀ ਕਿ 26 ਤੋਂ 28 ਮਹੀਨੇ ਹੋ ਗਏ ਜੀ ਸਾਡੀ ਮੰਗਾਂ 'ਤੇ BJP ਨੇ ਧੋਖਾ ਕੀਤਾ, ਸਾਨੂੰ ਪੂਰੀਆਂ ਨਹੀਂ ਕੀਤੀਆਂ। ਉਹ ਦਿੱਲੀ ਜਾਣਾ ਚਾਹੁੰਦੇ ਸੀ ਅਤੇ ਸੁਨੀਲ ਜਾਖੜ ਜੀ ਇਹ ਕਹਿਣ ਦੀ ਬਜਾਏ ਕਿ ਕੇਂਦਰ ਦੀ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ, ਕਹਿੰਦੇ ਸੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਕਹਿੰਦੇ ਨੇ ਪੀਪਲ ਮੇ ਡਾਊਟ ਵਟ ਯੂ ਸੇ ਬਟ ਦੇ ਆਲਵੇਜ਼ ਬਿਲੀਵ ਵਟ ਯੂ ਡੂ। ਅਤੇ ਇਹ BJP ਕਰ ਰਹੀ ਹੈ ਲੋਕਤੰਤਰ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਨ ਲਈ ਅਤੇ ਲੋਕ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਇੱਦਾਂ ਦੀਆਂ ਸਾਜ਼ਿਸ਼ਾਂ।